है जॉगिंग जॉगिंग है मनी ओए कदे मोहन सिंह ना कदे और जम जल्दी थी हाय हाय भैन जी गया ले हाय नहीं भैन ही कितना हाय नहीं बड़े चिरे आए माड़ा जा हवा हार ले ठंडिया पट्टिया रख मेनू ठीक नहीं लगती ਪਹਿਲਾਂ ਸਾਡੇ ਮਾਮੇ ਦਾ ਹੋਵੇ ਫਿਰ ਅਸੀਂ ਕਰਾਉਣਾ ਮਾਮੇ ਦਾ ਨਾ ਹੋਵੇ ਤਾਂ ਨਾ ਤੂੰ ਕਰਕੇ ਹੈ ਤੁਹਾਡਾ ਨਹੀਂ ਮਾਸੀ ਇਦਾਂ ਨਹੀਂ ਨਹੀਂ ਗਲਤ ਗੱਲ ਵਾ ਘਰ 'ਚ ਬੜਾ ਬੜਾ ਹੀ ਹੁੰਦਾ ਹੈ ਬੜਾ ਸਾਡੇ ਘਰ 'ਚ ਨਹੀਂ ਉਹ ਤੁਹਾਡੇ ਘਰ 'ਚ ਤਾਂ ਗੋਪੀ ਬੜਾ ਆ ਤੇ ਗੋਪੀ ਪਹਿਲਾਂ ਕਰਾਵਾਂ ਮਾਸੀ ਗੋਪੀ ਕਰਾ ਲੈ ਪਹਿਲਾਂ ਗੋਪੀ ਨਹੀਂ ਜੀ ਐਵੇਂ ਗੋਪੀ ਕਰਾ ਲੈ ਪਹਿਲਾਂ ਛੋਟੇ ਦਾ ਕਰੋ ਨਹੀਂ ਛੋਟਾ ਪਹਿਲਾਂ ਆ ਬੜਾ ਬਿਤਾਇਆ ਬਣ ਜਾਣਾ ਬਣ ਜਾਣੀ ਗੱਲ ਕਰਦੀ ਉਹਦੇ ਇੰਨੀ ਸਿਆਣਾ ਤੁਹਾਡੇ 'ਚ ਕਿੱਥੋਂ ਪਿੱਛੇ ਲੈ ਇਹ ਕਹਤਾ ਕੀ ਕਹਿਣਾ ਬਣਤੇ ਨੇ ਛੜਾ देख सीधी गल है ये कर दी ब्याह नू ठीक है ਪਾਲਕ ਨੂੰ ਐਨੇ ਸਾਨੂੰ ਤੀਵੀਂ ਆਦਮੀ ਨੂੰ ਕਿਤੇ ਜਾਣ ਨਹੀਂ ਦਿਆ ਕਰਨਾ ਐਹਾ ਤੀਵੀਂ ਆਦਮੀ ਨੇ ਇੱਥੇ ਕੀ ਕਰਾਉਣਾ ਹੈ ਆ ਸਾਡੀਆਂ ਕੋਈ ਆਪਸੀ ਸੈਪਟਰ ਗੱਲਾਂ ਵੀ ਹੁੰਦੀਆਂ ਆ ਐਹਾ ਤਾਂ ਇਹਦੇ ਸਾਹਮਣੇ ਕਰਨੀਆਂ ਓ ਨਹੀਂ ਬੰਦਾ ਕਿਤੇ ਘੁੰਮਣ ਫੇਰਨ ਜਾਂਦਾ ਬ੍ਰਿਸ਼ਟਾ ਬ੍ਰੁਸ਼ਟਾ ਪੀਂਦਾ ਇਹਨੇ ਨਹੀਂ ਪੀਣ ਦਿਆ ਕਰਨੀ ਉਹ ਚਲੇ ਜਾਓ ਕੀ ਹੁੰਦੀ ਆ ਆ ਚਾਹ ਵਧੀਆ ਟੈਮ ਉਹ ਤੇਰਾ ਇਹ ਉਹ ਮੋਦੀ ਵਾਲੀ ਚਾਹ ਨਹੀਂ 10 ਰੁਪਏ ਦਾ ਕੱਪ 4-500 ਤੋਂ ਘੱਟ ਨਹੀਂ ਆਉਂਦੀ ਇਹ ਮੰਗੇ 10 ਰੁਪਏ ਨਹੀਂ ਦਿੰਦੀ ਸਾਨੂੰ ਨਿਆਣਿਆਂ ਨੂੰ ਉਹ ਨਹੀਂ ਦਿੰਦੀ ਹੋਣੀ ਆ ਦੇਖ ਲਾ ਉਹ ਦੇਖ ਲਾ ਉਹਦੇ ਕੀ ਕਰਦਾ ਤੇ ਰਾਤੀ ਉੱਠੀ ਰਾਂਦੇ ਵਿਆਹ ਵੀ ਰਹਿੰਦੇ ਵਿਆਹ ਕਰਨਾ ਸੱਦੀ ਆਇਆ ਭੈਣ ਵਿਆਹ ਕਰਨਾ ਤੁਹਾਡਾ ਵਿਆਹ ਕਰ ਦੇਣਾ ਆ ਨਾ ਕਾਨ ਸੂਲੀ ਚਾੜਨਾ ਸੋਣੀ ਇੰਨਾ ਸੋਹਣਾ ਗਲਾਬ ਮੇਰੇ ਆ ਕੀ ਕਰ ਨਹੀਂ ਵਿਆਹ ਆ ਕੀ ਕਰ ਨਹੀਂ ਮੈਂ ਚੱਪਲ ਭਰਾਣੀ ਆ ਬੰਦਿਆਂ ਤਰ੍ਹਾਂ ਬੈਠ ਬੰਦਿਆਂ ਤਰ੍ਹਾਂ ਮੇਰੀ ਗੱਲ ਸੁਣ ਦੇਖੀ ਸੋਨਾ ਫਸ ਗਏ ਆ ਤੁਸੀਂ ਭੈ ਜੋ ਆਸਟੀ ਵੈਸਟਰਨ ਪਾਇਆ ਕਿਹੜੀ ਨਾ ਹੋਣੀ ਇੰਗਲੈਂਡ ਦਾ ਕਿੰਨੇ ਦਾ ਇਹ 100 ਪਾਉਂਡ ਦਾ 250 ਪਾਉਂਡ ਦਾ 250 ਦਾ ਸੱਚ ਕਹਿੰਦੀ 250 ਦਾ ਆ 250 ਕਿੰਨਾ ਮੰਨ ਗਏ ਆ ਦੋ ਤਿੰਨ ਡਿਗਰੀ ਮਿਲੀ ਆ ਤੈਨੂੰ ਹੈ ਦੋ ਤਿੰਨ ਡਿਗਰੀ ਹਾਂ ਬੜੇ ਮੈਨੂੰ ਦੋ ਤਿੰਨ ਡਿਗਰੀ ਮਿਲੀ ਆ ਵਾਹ ਕੋਈ ਡੱਬਾ ਹੀ ਲੈ ਆਂਦੀ ਸਾਰ ਦਾ ਆ ਜਾ ਉੱਥੋਂ ਕਲਾਕਾਂ ਦੇ ਲੈ ਆਂਦੀ ਨਹੀਂ ਇੱਥੋਂ ਮੈਂ ਲੈਣ ਤੇ ਸੋਣਾ ਆਹੋ ਕੱਲ ਤੇਰੇ ਭਰਾ ਨੂੰ ਪੈਸੇ ਦੇ ਕੇ ਆਇਆ ਉਹ ਦੇ ਪਹਿਲਾਂ ਦਾ ਜਿਹੜੇ ਉਹ ਇਧਰੋਂ ਨਾਨੀ ਦੇ ਦਿੱਤੇ ਇਧਰੋਂ ਲੈ ਲੈ ਮਗਰ ਹੀ ਆ ਗਿਆ ਸਾਡੇ ਚੱਲ ਜਾ ਕੀ ਐ ਨਹੀਂ ਭੰਡਿਆ ਨਾ ਕਰੋ ਹਰ ਵੇਲੇ ਉਹਨੂੰ ਭੋਖਿਆ ਮੈਂ ਕਹਿ ਰਿਹਾ ਜੀ ਉਹਨੂੰ ਐਨ ਚੰਗਾ ਨਹੀਂ ਲੱਗਦਾ ਤੈਨੂੰ ਆ ਗਈ ਫੋਟੋ ਆਪ ਮੈਨੂੰ ਪਾਇ ਨਹੀਂ ਉਹ ਸੁਦੀਪ ਨੇ ਪਾਈਆਂ ਸੀ ਮੈਂ ਉਹ ਮੈਨੂੰ ਤਾਂ ਪਾਈ ਨਹੀਂ ਉਹਨੇ ਲਾਈ ਹੂ ਆ ਲਾਈ ਤੇ ਮੈਂ ਦੇਖ ਲਈ ਮੈਂ ਪਾ ਤੂੰ ਹੋਈ ਆ ਉਹ ਮੇਰੀ ਗੱਲ ਸੁਣ ਇਹਨੂੰ ਲਾਓ ਮਾਈਆਂ ਤੇ ਇਹਦੇ ਜੁੱਠੇ ਚੋਲ ਮੈਂ ਖਾਉਂ लाहौर की चल छा करेड़ा जमया दंदा दे सोने अरगाया चांदी झाल चाड़ी होंगी सोने की सोने अर्गा जीएसटी लगन आपा नहीं लग लैन दे बच के रहो तुम बच के रहो तुम ना चढ़ाओ की ਇਹ ਲੋਕ ਕਹਿੰਦਾ ਜੀ ਐਸ
ਜੀਐਸਟੀ ਕੀ ਲੱਗਣੀ ਆ ਜੀਐਸਟੀ ਜੀਐਸਟੀ ਤੂੰ ਹੁਣ ਮਾਸਟਰ ਨੂੰ ਕਹਿੰਦੀ ਹੁੰਦੀ ਆ ਇਹ ਹੇਟ ਜੂ ਮੈਂ ਥੱਪੜ ਮਾਰੂ ਮੈਂ ਐ ਮੈਂ ਅੱਗੇ ਜਾ ਕੇ ਆ ਕੇ ਕੀ ਬਣਾਉਣਾ ਕਬੜਾ ਨਹੀਂ ਕੋਪੀ ਨਹੀਂ ਉਧਰ ਕਹਿੰਦਾ ਕੁਲਵਿੰਦਰ ਕੋਲ ਨਹੀਂ ਕੀ ਬਣਾਉਣਾ ਕਹਿੰਦਾ ਕੁਲਵਿੰਦਰ ਕੋਲ ਨਹੀਂ ਐ ਨਹੀਂ ਇਹ ਤਾਂ ਮੈਂ ਪਹਿਨੂੰ ਦੇਦਾ ਕਹਿੰਦਾ ਕੁਲਵਿੰਦਰ ਕੋਲ ਮੈਂ ਤੈਨੂੰ ਪਿਆਰ ਆਉ ਇਹਨੂੰ ਗੋਪੀ ਓਏ ਮਾਸਟਰ ਪੰਜਾਬੀ ਲਾਦਾ ਦੇਖਣ ਨੂੰ ਦਬਕਾ ਕੇ ਤਾਂ ਰੱਖਿਆ ਚੱਕਰ ਹੀ ਆਉਣੇ ਆ ਹੋਰ ਓਹਨੂੰ ਕੀ ਆਉਣਾ ਉਹ ਦਬਕਾਉਣ ਵਾਲੇ ਆ ਤਦੇ ਤੇ ਮਾਤਾ ਦੇ ਲੜ ਕੇ ਉੱਥੇ ਕਹਿੰਦਾ ਸੀ ਅਕਵਿੰਦਰ ਮੈਂ ਤੈਨੂੰ ਪਿਆਰ ਨਾਲ ਹੀ ਕਹਿੰਦਾ ਸ਼ੋਪਿੰਗ ਸ਼ੁਪਿੰਗ ਕਰ ਲਈ ਮੈਂ ਤਾਂ ਕਰ ਲਈ ਜਦੋਂ ਹੈ ਨਾ ਤਾਂ ਸਾਰਿਆਂ ਨੂੰ ਮਿਲਣਾ ਪਤਾ ਲੱਗੇ ਕਿ ਗੁੱਡੀ ਆਈ ਆ ਪੂਰੀ ਮਾਲ ਪਰ ਧੱਕ ਪੈਣੀ ਜੇ ਟੈਮ ਲੱਗਣਾ ਜਦੋਂ ਤੂੰ ਉਤਰਨਾ ਹੀ ਆ ਨਾ ਤੈ ਲੱਗਣਾ ਭਰਾ ਨੂੰ ਵੀ ਸਪੋਂਸਰ ਪਵਾ ਦਿੰਦੀ ਭਰਾ ਨੂੰ ਤਾਂ ਸਪੋਂਸਰ ਪਵਾ ਦਿੰਦੀ ਆਪਣੇ ਜਿਹਨੇ ਢੋਲ ਵਜਾਉਣਾ ਨਹੀਂ ਝੂਠ ਨੀ ਮੈਂ ਪੀਂਦਾ ਸੁੱਚਾ ਯਾਰ ਕਿਹੜੀ ਬੋਲੀ ਗਾਣੀ ਅੰਦਰੋਂ ਨਿਕਲ ਸੰਦੀਪ ਨੀ ਵੀਰੇ ਤੇਰੇ ਪਾਬੀਆਂ ਬਣ ਬਣਦੀਆਂ ਕਮ ਟੂ ਬ੍ਰਦਰ ਆਏ ਯੂ ਆਰ ਬ੍ਰਦਰ ਇਜ਼ ਕਮਿੰਗ ਇੰਗਲੈਂਡ ਹਾਏ ਤੂੰ ਇੰਗਲਿਸ਼ ਵੇਖਣ ਨਾਲ ਤੇਰਾ ਡੈਡੀ ਵੀ ਆਇਆ ਯੂਅਰ ਫਾਦਰ ਇਜ਼ ਜੁਆਇਨ ਏਦਾਂ ਵੀ ਕਹਿਣਾ ਠੀਕ ਹੈ ਨਾਲ ਏਦਾਂ ਵੀ ਕਹਿਣਾ ਲਾਗੀ ਵੀ ਯੂਅਰ ਨਾਲ ਦਿਸ ਇਜ਼ ਦੇ ਨਾਲ ਪੈਸੇ ਫੜਨ ਨੂੰ ਉਹ ਤੇਰੀ ਦਿਸ ਇਜ਼ ਦੇ ਪੈਸਾ ਕਿਸੇ ਕੈਚਿੰਗ ਇਹ ਵੀ ਕਹਿਣਾ ਠੀਕ ਹੈ ਅੱਛਾ ਨਹੀਂ ਜਦੋਂ ਫਿਰ ਜਦੋਂ ਇੰਗਲੈਂਡ ਜਾਣਾ ਇਹਨੇ ਇੱਕ ਮਿੰਟ ਰੁਕੇ
ਜੇ ਤੂੰ ਇੰਗਲੈਂਡ ਜਾਣਾ ਹੈ ਤੈਨੂੰ ਇੰਗਲੈਂਡ ਦੀਆਂ ਬੋਲੀਆਂ ਦੱਸਦਾ ਜਦੋਂ ਤੂੰ ਇੰਗਲੈਂਡ ਜਾਣਾ ਹੈ ਉੱਥੇ ਪੰਜਾਬੀ ਉਹ ਪੰਜਾਬੀਆਂ ਨੂੰ ਤਾਂ ਭੈਣ ਜੋ ਇੱਥੋਂ ਸਿੱਥੋਂ ਹੀ ਗਏ ਆ ਉੱਥੇ ਗਲੂਕੋਸ਼ ਲਵਾ ਦੇ ਮੇਰੀ ਗੱਲ ਸੁਣ ਤੈ ਉੱਥੇ ਇੰਗਲਿਸ਼ ਪਤਾ ਕੀ ਕਹਿਣਾ ਕਹਿੰਦੀ ਸੰਦੀਪ ਯੂਅਰ ਬ੍ਰਦਰ ਦਿਸ ਇਜ਼ ਕਮਿੰਗ ਇੰਗਲੈਂਡ Your mom is a child. Hune hune flight landing. Eh, boliya England ch dhamak ke paya hoya. Punjabi ni modiya English. Your English okay. ਬੜੀ ਹਾਕਦਾ ਤੈਨੂੰ ਢੋਲੀ ਵੀ ਨਾਲ ਇੱਥੋਂ ਹੀ ਕਰਾ ਦੇਵਾਂਗੇ ਸਾਰਾ ਸਾਡੇ ਵੀਜ਼ੇ ਲਾ ਦੇ ਢੋਲੀ ਦੇ ਵੀਜ਼ੇ ਤੂੰ ਲਵਾ ਦੂੰਗਾ ਅਗਲੀ ਬੋਲੀ ਦੱਸ ਮੈਂ ਤੈਨੂੰ ਉਹਦਾ ਓਪੋਜਿਟ ਕੱਢ ਕੇ ਦਿੰਦਾ ਅਗਲੀ ਅੰਦਰੋਂ ਨਿਕਲ ਮਨ ਨੀ ਮਾਮੇ ਤੇਰੇ ਆਏ ਸੰਦੀਪ ਦੀ ਮੋਮ ਇਜ਼ ਵੈਰੀ ਇੰਗਲਿਸ਼ ਆਈ ਕਿੱਥੋਂ ਸਿੱਖਿਆ ਇੱਕ ਇੰਗਲੈਂਡ ਦਾ ਪਹਿਲਾਂ ਗੇੜਾ ਮਾਰ ਜਿਹੜਾ ਤੁਸੀਂ ਹੁਣ ਮੇਰੀ ਗੱਲ ਸੁਣ ਉੱਥੇ ਪਤਾ ਜਦੋਂ ਤੁਸੀਂ ਏਦਾਂ ਬੁੜੀਆਂ ਚੁੰਨੀਆਂ ਲੈ ਕੇ ਏਦਾਂ ਕਰਦੀਆਂ ਆਉਂਦੀਆਂ ਨਾ ਉਹ ਇੰਗਲਿਸ਼ ਚ ਕਰਨਾ ਹੈ ਏਦਾਂ ਅੱਗੇ ਤੁਸੀਂ ਕਰਦੀਆਂ ਆਉਂਦੀਆਂ ਪਸ ਪਸ ਹੁਣ ਤੁਸੀਂ ਪਤਾ ਕਹਿਣਾ ਜਿਹੜਾ ਚੁੰਨੀ ਲੈ ਗਿਆ ਤੁਹਾਡਾ ਮੈਂ ਇੱਕ ਵਾਰ ਫੇਰ ਸਮਝਾ ਦੂੰਗਾ ਕਿਤੇ ਨੀ ਜਿਹੜਾ ਚੁੰਨੀ ਵਾਲਾ ਆ ਪਸੂ ਪਸੂ ਕਰਦੀਆਂ ਨਾ ਤੁਸੀਂ ਕਹਿੰਦਾ ਏਦਾਂ ਕਰਨਾ ਬਹੁਤਾ ਲਾਊਡ ਨੀ ਕਰਨਾ ਠੀਕ ਹੈ ਮੇਰੀ ਇੱਕ ਗੱਲ ਸੁਣ ਲਓ ਨਾਲੇ ਜਿੱਦਾਂ ਤੁਸੀਂ ਹਨਾ ਇੱਥੇ ਛਿੰਝ ਪਾ ਲੈਂਦੇ ਆ ਤੁਹਾਨੂੰ ਮੁੰਦੀ ਨੀ ਪਾਈ ਫਲਾਨਾ ਨੀ ਪਾਇਆ ਤੇਰੇ ਭਰਾ ਨੇ ਉੱਥੇ ਇੰਗਲੈਂਡ ਚ ਨਾ ਅਗੋ ਕਰਿਓ ਗੋਰਿਆਂ ਨੇ ਕਹਿੰਦਾ ਇਹ ਹੀ ਇਟਸ ਪੀਪਲ ਇਜ਼ ਨਾਟ ਗੁੱਡ ਏਦਾਂ ਤੁਹਾਨੂੰ ਹਨਾ ਅਸੀਂ ਮੁੰਦੀਆਂ ਪਾਉਣੀਆਂ ਨਹੀਂ ਅਸੀਂ ਤਾਂ ਪਾਉਣੀਆਂ ਅਸੀਂ ਐਵੇਂ ਸਾਡੇ ਕੁੜੀ ਦਾ ਵਿਆਹ ਆ ਅਸੀਂ ਪਾਉਣੀਆਂ ਅਸੀਂ ਪਾਉਣੀਆਂ ਪਾ ਦਿਓ ਮਹਿੰਤਾਲੀ ਗੱਲ ਮਹਿੰਤਾਲੀ ਗੱਲ ਆ ਬੇਇੱਜ਼ਤੀ ਨੇ ਕਰਾਇਓ ਉੱਥੇ ਜਾ ਕੇ ਨਾ ਕਣ ਲਾਪੀ ਪਿੱਛੇ ਅਸੀਂ ਜੈਲਦਾਰ ਆ ਖੜਕੂਆਂ ਦੀ ਨਹੀਂ ਬਾ ਇਹ ਇਹਦਾ ਮਤਲਬ ਓਪੋਜ਼ਿਟ ਪਤਾ ਕਿਹੜਾ ਦਿਸ ਇਜ਼ ਮਾਈ ਬੈਕਗ੍ਰਾਉਂਡ ਇਜ਼ ਜੈਲਦਾਰ ਵੈਰੀ ਵੈਰੀ ਰੋਡ ਇਜ਼ ਮੀਨ ਇਜ਼ ਵੈਰੀ ਪਲਾਟ ਜਿੱਥੇ 에어ਪੋਰਟ ਦੀ ਐਦਾ ਵੀ ਕਹਿੰਦਾ ਦਿਸ ਇਜ਼ ਮਾਈ ਦਿਸ ਇਜ਼ ਅੰਬਾਨੀ ਟਾਟਾ ਬਿਰਲਾ ਮੇਰੀ ਗੱਲ ਜਾਣ ਨਾਲ ਐਦਾ ਵੀ ਕਹਿੰਦਾ ਦਿਸ ਇਜ਼ ਬ੍ਰਦਰ ਇਜ਼ ਮਾਈ ਕਲਿਮਿਲਰ ਐਂਡ ਨਹਿਰ ਟਾਪਿੰਗ ਕੇ ਚੈਨੀ ਲਾ ਲੈਂਦਾ ਤੇ ਦਿਸ ਇਜ਼ ਏ ਮਾਈ ਇਨ ਬ੍ਰਦਰ ਵਾਂਟਡ ਦਿਸ ਇਜ਼ ਏ ਕੋਲ ਵੱਡਾ ਸਾਰਾ ਗਰਾਸਾ ਤੇ ਦਿਸ ਇਜ਼ ਏ ਚਿਲਡ ਤੈਨੂੰ ਤਾਂ ਪੂਰੀ ਸਮਝ ਆਉਂਦੀ ਪਈ ਹੈ ਕੀਤੀ ਆ ਇੰਗਲੈਂਡ ਜਾਗੋ ਤੇ ਮਾਸੀ ਕਿਹੜੀ ਬੋਲੀ ਪਾਉਣੀ ਤੂੰ ਗੋਪੀ ਤੈਨੂੰ ਅੰਗਰੇਜ਼ੀ ਚ ਦੱਸੂਗਾ ਉਹ ਤੇ ਅੰਗਰੇਜ਼ੀ ਬੋਲਣੀ ਬਣੀ ਤਾਂ ਕਹਿੰਦਾ ਚੱਲ ਬੋਲ ਛੇਤੀ ਦੱਸ ਸਾਡੀ ਅਮਨ ਦਾ ਵਿਆਹ ਸਾਨੂੰ ਗੋਡੇ ਗੋਡੇ ਚਾ
Yeah, why no? Mm-hmm. And talking to English to yeah, speaking? This is my baby. कोठे कोठे आजा वीर ना मोरे बेटी अकबती सस मेरे ने एनोरे वीर की वीर 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 मेंटर वाले वीर वीर प्रा ब्रदर्स ब्रदर्स इंग्लिश में थोड़े पे जेजे पा रहे ब्रदर्स ब्रदर्स या क्या वीर ना वीर है बेबी चला तू अंग्रेजी च दसन Brothers is coming to Shat. Yes, you are coming in Amana. Your mommy is uncle. Ma, English mommy and uncle. Your uncle is Shat Parat. You are coming in the Padani. Daya ki gagging at me. Jo bhi gagging at Padia gagging at Tiga. Chakar ho ugly bully. हौली हौली पीढ़ी लेके बह जावीरना पैना दुखिया दे रुदन सना हौली हौली रो वीरना तेरे हंजुआ दे हार परूंगा जे तारी टूटी है पंजाबी है नी कोई अंग्रेजी नहीं मारती पीला पी सस तो त्योरी सुना डी आते घर बसाई पा गया कनेडा तू की दुख की सुनाने दुख सुनाने हौली हौली रो भी Your is brother slowly slowly crying. Your heart is growing. What this the matter? What this matter? What this is? Gorian, पता है अब जट्टा ने उसे बहुत गिद्धा पानी आया. उसे बहुत गिद्धा पानी. मैं मतलब फुसफुस करना. ते फुसफुस की हमदा जितना मतलब कोई तानो हमदा. वो क्या थे? बोलिंग भी है. नहीं है तो करे करे पे ये तो मास्टर ने ये पैदल आले उन्होंने तो सारे गड़ा उठे पैदल आना इन मास्टर ना हम तो हट गया पे हम तो लाऊंगा उठे भी नहीं लाना उठे नहीं लाना पे वो नाव ना दे लाग दे चल पैक नहीं लाना ना टकीला लगा दी अच्छा वो लगा दे जूस हुंदा टकीला हां वो लगा दूंगी वो लगा दी ठीक है वो कुछ नहीं करना इन्ना हुंदा वो उते लूंग जा ला के अंब जा पा के बाज का तार ओए ਇਦਾਂ ਨਹੀਂ ਟੱਕਣਾ ਮਾਸਣ ਨੇ ਇਦਾਂ ਬੁੱਲਾ ਦਾ ਅਖਰੋੜ ਭੰਨਣਾ ਇਦਾਂ ਉਹ ਬਾਹ ਭੰਨਣਾ ਹੋਣਾ ਇਦਾਂ ਹਾਂ ਇਦਾਂ ਪੀਣਾ ਪੈਣਾ ਕੋਈ ਨਾ ਤੇ ਚੱਕ ਦਿਓ ਕੰਮ ਨੂੰ ਗਾਲ ਸੁਣ ਲਓ ਇੱਕ ਚੱਲੀਆਂ ਤੁਸੀਂ ਦੋਨੇ ਭੈਣਾਂ ਨੇ ਹਨਾ ਜਾਣਾ ਮੇਰੀ ਗੱਲ ਸੁਣ ਦੋਨਾਂ ਭੈਣਾਂ ਨੇ ਤੁਸੀਂ ਜਾਣਾ ਹਨਾ ਜੇ ਸਾਡੀ ਉੱਤੇ ਕਿਸੇ ਦੇ ਘਰ ਪਿਛਲੀ ਵਾਰ ਜਿਹੜਾ ਤੁਸੀਂ ਕਹਿੰਦਾ ਉੱਤੇ ਖੈੜ ਖੱਪ ਕੀਤੀ ਆ ਕੱਲੇ ਕੱਲੇ ਦੇ ਘਰ ਗਈਆਂ ਤੁਸੀਂ ਜਾ ਕੇ ਉੱਥੇ ਕਿਹਾ ਕਿ ਸਾਡੇ ਦੋ ਭਾਣਜੇ ਆ ਵਿਆਹਣ ਵਾਲੇ ਆ नहीं मेरी गल सुन ला हुण जो जाना ता इदां दी कोई गल नहीं करनी क्यों काते नहीं करनी गड्डी च पाए आ खान दा शौक होवे खान बाहर ले जांदे आ ਦੇ ਫੂਡ ਤੁਸੀਂ ਕੋਈ ਨਾ ਇਤਨੀ ਕਰਦੇ ਅਸੀਂ ਨਹੀਂ ਕਰਦੇ ਲੈ ਚੱਲ ਤਾਂ ਰੋਟੀ ਮੈਂ ਅੱਜ ਵੀ ਉਹੀ ਬਹੁਤ ਆ ਤੇ ਰੋਟੀ ਵੀ ਫੂਡ ਹੀ ਹੁੰਦਾ ਆ ਬੱਸ ਤੇ ਉਹ ਰੋਟੀ ਤੇ ਰੋਟੀ ਦੀ ਸਵੇਰ ਨੂੰ ਕੀ ਖਾਣਾ ਪਸੰਦ ਕਰੋਗੇ ਸਾਡੇ ਸਵੇਰ ਨੂੰ ਸੰਦੀਪ ਬਣਾਉਂਦੀ ਆ ਬ੍ਰੈਡ ਦੇ ਵਿੱਚ ਪਾ ਲੈਂਦੀ ਆ ਬਸ ਚੀਰ ਚੀਰ ਕੇ
ਉਹ ਸਾਨੂੰ ਦਿੰਦੀ ਆ ਚਾਹ ਨਾ ਅੰਡਾ ਮੀਟ ਨਹੀਂ ਤੂੰ ਲਾਈਕ ਕਰਦੀ ਹਾਂ ਉਹ ਅੰਡਾ ਮੀਟ ਉਹਨਾਂ ਦੇ ਵੜਦਾ ਹੀ ਨਹੀਂ ਤੂੰ ਮੈਂ ਉਸੇ ਤਲੇ ਕਰ ਲਈਦਾ ਫਿਰ ਉਹ ਸਾਨੂੰ ਦਿੰਦੀ ਆ ਫਿਰ ਅਸੀਂ ਦੁਪਹਿਰ ਨੂੰ ਹੋਰ ਕੁਝ ਖਾਣਾ ਸਕਾਲਾ ਨੂੰ ਅਸੀਂ ਰੋਟੀ ਖਾਣੀ ਆ ਉੱਥੇ ਨਹੀਂ ਪਤਾ ਲੱਗਦਾ ਖਾਣ ਦਾ ਖਾਣ ਨੂੰ ਬਹੁਤ ਨਹੀਂ ਕੁਝ ਰਹਿ ਗਿਆ ਹੋਵੇ ਲੈ ਬੈ ਅਸੀਂ ਉਹਦੇ ਲੱਗੇ ਉਹ ਫਾਲ ਬਹੁਤ ਲੱਗਾ ਆ ਉਹ ਵੀ ਖਾਣਾ ਉਹ ਤਾਂ ਜਿੰਨਾ ਮੈਂ ਪਰਾਣਾ ਨੂੰ ਥੋੜਾ ਖਾਦਾ ਨਹੀਂ ਉਹ ਦਸਵੀਰ ਦੀ ਵੀ ਰੋਟੀ ਖਾਣੀ ਦੁਪਹਿਰ ਨੂੰ ਵੀ ਰਹੀ ਸ਼ਾਮ ਨੂੰ ਵਾਸਤੇ ਫਰੂਟ ਲਗਾ ਉਹ ਵੀ ਖਾਣਾ ਹਨਾ ਫੇਰ ਕੋਈ ਉਦੋਂ ਬਾਰਾ ਜੇ ਕੋ ਖਾਣ ਨੂੰ ਰਹਿ ਗਿਆ ਹੋਵੇ ਦਾਦੇ ਆ ਸੂਟ ਥੋੜੇ ਖੁੱਲੇ ਕਰਾ ਕੇ ਜਾਈ ਮੈਨੂੰ ਲੱਗਦਾ ਤੂੰ ਮੋਟੀ ਹੋ ਗਈ ਆ ਓਕੇ ਐਵੇਂ ਸਵੇਰ ਨੂੰ ਉਹ ਖਾ ਲੈਣਾ ਨਹੀਂ ਪੈਣ ਫੇਰ ਚਾਹ ਚੁ ਪੀ ਲੈਣੀ ਤੇ ਅੱਧੇ ਕੇ ਘੰਟੇ ਬਾਅਦ ਫੇਰ ਅਸੀਂ ਫਰੂਟ ਖਾ ਲੈਣਾ ਜੋ ਹਲਕੀ ਜੀ ਭੁੱਖ ਲੱਗਦੀ ਹੈ ਭੁੱਖ ਲੱਗਦੀ ਉੱਥੇ ਨਹੀਂ ਭੁੱਖ ਲੱਗਦੀ ਭਰਾਵਾ ਆ ਭੁੱਖ ਲੱਗਣੀ ਵੀ ਕਿੱਥੇ ਸਵੇਰ ਨੂੰ ਖਾਣਾ ਦੁਪਹਿਰ ਨੂੰ ਖਾਣਾ ਰਾਤ ਨੂੰ ਖਾਣਾ ਫੇਰ ਫਰੂਟ ਖਾਣਾ ਫੇਰ ਸਾਰੀ ਭੁੱਖ ਫਸੀ ਕਿੱਥੇ ਆ ਅਸੀਂ ਭੁੱਖ ਦਾ ਤਾਂ ਨਾ ਹੀ ਰਹਿ ਗਿਆ ਇੱਕ ਅਸੀਂ ਤੇ ਉੱਥੇ ਖਾਣੀਆਂ ਨਹੀਂ ਆਲੂ ਬਖਾਰੇ ਬੱਗੂ ਗੋਛੇ ਉੱਥੇ ਬਹੁਤ ਕੁਝ ਲੱਗਾ ਆ ਕੀ ਹੈ ਤੂੰ ਭੁੱਖ ਦਾ ਵੀ ਨਾ ਇਦਾਂ ਤੇ ਕਾਲਾ ਨੇ ਫੇਰ ਰੋਟੀ ਬਣਾਉਂਦੀ ਆ ਸੰਦੀਪ ਦਾਲ ਨਾਲ ਉਹ ਵੀ ਖਾਣੀ ਸੇਮ ਵੀ ਲੱਗੇ ਇੱਥੇ ਸੇਮ ਸੇਮ ਚੈਰੀ ਬੱਗੂ ਗੋਛੇ ਏ ਲੂਚੇ ਆੜੜੇ ਲੂਚੇ ਲੂਚੀਆ ਲੂਚਾ ਲੂ ਬਖਾਰਾ ਓ ਲੂਚੇ ਨਹੀਂ ਉਹਦੇ ਲੀਜੀਆ ਨਹੀਂ ਫੇ ਮੇਰੀ ਗੱਲ ਸੁਣ ਫੇ ਇੰਨੀਆਂ ਖਾ ਕੇ ਚੀਜ਼ਾਂ ਤੇ ਸਹੀ ਭੁੱਖ ਫੇ ਕਹਿਣਾ ਭੁੱਖ ਲੱਗੀ ਏ ਫੇ ਆਇਆ ਥੋੜੀ ਥੋੜੀ ਖਾਈਦੀ ਕਿਤੇ ਪਤੀਲਾ ਹੀ ਥੋੜਾ ਉਹਨਾਂ ਦਾ ਖਾ ਜਾਈਦਾ ਫੇ ਇੱਕ ਵਾਰ ਚੰਗੀ ਤਰ੍ਹਾਂ ਖਾ ਲੋ ਨਹੀਂ 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 ਖਾਈਦੀ ਕਿੰਨੀ ਖਾਈਦੀ ਬਸ ਦੋ ਦੋ ਰੋਟੀਆਂ ਖਾ ਸੀ ਉਹਦਾ ਗੌਰ ਸਾਹਿਬ ਮੈਂ ਵੀ ਉਹਦਾ ਸੋਚਦਾ ਜਾਣ ਨੂੰ ਪਰ ਮੈਂ ਹਨਾ ਡਰਦਾ ਜੇ ਮਾਲਾ ਜਹਾਜ਼ ਚ ਪੱਦ ਪੁੱਦ ਨਿਕਲ ਗਿਆ ਯਾਰ ਮੈਂ ਤਾਂ ਤੇ ਪਾਦ ਆਰਾਮ ਦੇ ਜਾਦੇ ਮਾਰਨਾ ਜ਼ਰੂਰੀ ਮਾਰਨਾ ਨਾਲੇ ਡੋਟ ਹੁੰਦੀ ਉਹ ਵਿੱਚ ਵੜ ਜਾਈ ਉਹਦਾ ਤਾਂ ਆਵਾਜ਼ ਉਹ ਹੁੰਦੀ ਤੂੰ ਘਰੋਂ ਬੜੇ ਨੂੰ ਲੱਗਾ ਸਮੇਂ ਨਾਲ ਪੱਕ ਵੀ ਨਹੀਂ ਚਾਹ ਬਣਾਵਾਂ ਬਣਾ ਲਾ ਚਾਹ ਬਣਾ ਪੱਕ ਵੀ